ਹਾਂਜੀ ਗਾਈਜ਼, ਅਤੇ ਇੱਧਰੋਂ ਦੇਖ ਬੰਦੇ ਨੇ ਸਾਡੇ ਨਾਲ ਸ਼ਰਾਰਤ ਕੀਤੀ ਜਾਂ ਕੀ ਕੀਤਾ ਆ, ਪਰ ਅਸੀਂ ਤਾਂ ਡਰ ਗਏ ਸੀ ਅਤੇ ਅਸੀਂ ਤਾਂ ਡੇਰੇ ਪਹੁੰਚ ਗਏ ਹਾਂ, ਕੋਸ਼ਿਸ਼ ਪੂਰੀ ਕਰ ਰਹੇ ਹਾਂ। ਲੱਗਦਾ ਤਾਂ ਹੈ ਜਿੱਦਾਂ ਕੁਛ ਆਇਆ ਹੈ ਸੀ, ਪਰ ਹੁਣ ਕਨਫਰਮ ਨਹੀਂ ਹੋ ਰਿਹਾ ਬੰਦਾ ਸੀ ਇਹ ਕੌਣ ਸੀ, ਜਾਂ ਜਿਹੜੇ ਬੰਦੇ ਨੂੰ ਦੱਸਿਆ ਉਹ ਬੰਦਾ ਤਾਂ ਗਿਆ ਡਰ ਕੇ ਨੱਸ, ਅਤੇ ਹੁਣ ਆਪਣੀ ਸਾਨੂੰ ਲੱਭਿਆ ਪੈ ਰਿਹਾ ਅਤੇ ਆਪਣੇ ਦੋ ਡੇਰੇ ਆ ਜਿਹਦੇ ਤੋਂ ਕੁਝ ਨਹੀਂ ਨਜ਼ਰ ਆਇਆ, ਅਤੇ ਅਗਲੇ ਤੋਂ ਜਾਂਦੇ ਹਾਂ ਅਗਲੇ ਤਾਂ ਵੇਖਦੇ ਹਾਂ ਵਿਆਹ ਨਾਲ ਵੇਖ ਲਓ ਬੰਦੇ ਫੁੱਲ ਰੈਡੀ ਹੋ ਜਾਂਦੇ ਹਨ। ਅਤੇ ਉਹ ਮੋਟਰਸਾਈਕਲ ਵੀ ਅਸੀਂ ਬਾਹਰ ਰੋਡ ਦੀ ਖੜ੍ਹੀ ਕਰ ਰਹੇ ਹਾਂ, ਡੇਰੇ ਨਹੀਂ ਲਿਆਉਂਦੀ ਕੁਛ ਹੋਰ ਨਾ ਸਮਝੇ ਅਗਰ ਬੰਦਾ ਜਾਂਦਾ ਵੀ ਹੋਏ ਤਾਂ। ਬਾਕੀ ਰਾਤ 11-12 ਦਾ ਟਾਈਮ ਹੈ, ਕੋਈ ਬੰਦਾ ਨਹੀਂ ਕਿਤੇ ਹੋਣ ਦੀ ਆਵਾਜ਼, ਅਤੇ ਹੋਰ ਪੇਸ਼ ਹੁੰਦੀਆਂ ਵੀ ਜਾਨਵਰਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ। ਡਾਕਟਰ ਉਹ ਕਿਹੜੀ ਸ਼ਹਿਰ ਖਲੋ ਜਾਓ, ਵੀਡੀਓ ਬੰਦ ਨਾ ਕਰ ਦੀਏ, ਚਲੇ ਖਲੋ, ਫਲੈਸ਼ ਬੰਦ ਕਰ ਦਿੰਦਾ ਵਾ ਜਾਂ ਵੀਡੀਓ, ਫਿਰ ਫਾਇਦਾ ਤੁਹਾਨੂੰ ਵੀਡੀਓ ਬਣਾਉਂਦੇ ਹਾਂ ਜਿਹੜੀ ਵੀ ਸ਼ਾਇਦ ਹੋਏਗੀ ਸਾਹਮਣੇ ਹੈਗੀ ਜੀ। ਅਤੇ ਉਹ ਯਾਰ ਕੋਈ ਸ਼ਹਿਰ ਲੱਗਦੀ ਹੈ, ਨਹੀਂ ਹੋ ਰਿਹਾ ਸ਼ਹਿਰ ਤਾਂ। ਸਾਡੇ ਨਾਲ ਜਾਂ ਬੰਦੇ ਨੇ ਕਰਤਾ ਮਸਾਸ ਜਾਂ ਕੀ ਚੱਕਰ ਆ, ਬੰਦੇ ਨੇ ਕਦੀ ਪਹਿਲੇ ਮਸਾਸ ਕੀਤਾ ਕਿ ਨਹੀਂ, ਅੱਜ ਕੋਈ ਜਲਦੀ ਮਾਰ ਗਿਆ ਹੋਵੇ ਕੋਈ ਪਤਾ ਨਹੀਂ। ਮੇਰੇ 3500 ਦੇ ਬੂਟ ਖਰਾਬ ਕਰਦੇ ਨੇ, ਪਤਾ ਨਹੀਂ ਕੋਈ ਹੈ ਜਾਂ ਜਿਹੜੀ ਬੰਦਾ ਜਾਂ ਜਿਹੜੀ ਵੀ ਸ਼ਾਇਦ ਕੋਈ ਹੈ ਕਿ ਨਹੀਂ ਹੈ, ਪਰ ਆਪਣੀ ਰਾਤ ਤਬਾਹੀ ਹੋ ਗਈ। 11-12 ਦਾ ਟਾਈਮ ਹੈ, ਇੰਨੀ ਠੰਡ ਹੈ, ਟਰੇਲ ਪਈ ਹੈ, ਕਣਕ ਦੇ ਵਿੱਚੋਂ ਵੀ ਤੁਰਨਾ ਪੈ ਰਿਹਾ ਆ। ਸਰ ਮੈਨੂੰ ਇੱਕ ਬੰਦੀ ਡਰ ਲੱਗਦਾ, ਇੰਨੀ ਸੰਘਣੀ ਸਰ ਵਿੱਚੋਂ ਵੀ ਜਾਣਾ ਪੈ ਰਿਹਾ ਹੈ। ਇੱਧਰੋਂ ਆਵਾਜ਼ ਆਈ ਆ, ਕੁੱਤਾ ਵੀ ਭੌਂਕ ਰਿਹਾ ਆ, ਅਤੇ ਹੁਣ ਵੇਖਦੇ ਹਾਂ ਕਿਹੜੀ ਸ਼ਹਿਰ ਆ। ਆਵਾਜ਼ਾਂ ਲੱਗ ਪਈਆਂ ਨੇ, ਕਿੱਧਰ ਇੱਧਰ ਦੇ ਜਾਣਾ ਨਾ, ਮੈਂ ਵੀ ਚੱਕ ਆਇਆ ਸੀਗਾ ਅਤੇ ਜਿਹੜੇ ਮੇਰੇ ਆ ਇਹ ਨਾਲ ਲੈ ਇਹ ਆ, ਮੈਂ ਤਾਂ ਬੜਾ ਡਰਦਾ ਹਾਂ, ਮੈਂ ਚਲੋ ਵੀਡੀਓ ਬਣ ਗਈ ਚੁੱਪ ਕਰ ਜਾਵੇ ਪਰਿਵਾਰ ਇਹਨੂੰ ਧਿਆਨ ਹੈ।